ਡিয়ার ਸਟੂਡੈਂਟਸ ਵੈਲਕਮ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਉਹ ਹੈ ਸੁਪਰਵਾਈਜ਼ਨ ਨਿਗਰਾਨੀ ਇਸ ਵੀਡੀਓ ਦੇ ਵਿੱਚ ਸਿਰਫ ਅਸੀਂ ਤਾਂ ਜਿਹੜਾ मीनिंग ਤੇ ਡੈਫੀਨੇਸ਼ਨ ਸੀ ਕਲੀਅਰ ਕਰਾਂਗੇ ਤਾਂ ਜੋ ਤੁਹਾਨੂੰ ਇਹਦਾ ਜਿਹੜਾ ਪੂਰਾ ਕਨਸੈਪਟ ਹੈ ਉਹ ਕਲੀਅਰ ਹੋ ਜੇ ਕਿਉਂਕਿ ਜਿੰਦੇਰ ਤੱਕ ਸਾਨੂੰ ਕਿਸੇ ਵੀ ਟੌਪਿਕ ਨਾਲ ਰਿਲੇਟਡ ਉਹਦਾ ਕਨਸੈਪਟ ਮੀਨਸ ਉਹਦਾ मीनिंग ਕਲੀਅਰ ਨਹੀਂ ਹੁੰਦਾ ਤੇ ਡੈਫੀਨੇਸ਼ਨ ਨਾਲ ਸਾਨੂੰ ਜਿਹੜਾ मीनिंग ਹੈ ਹੋਰ ਵੀ ਕਲੀਅਰ ਹੋ ਜਾਂਦਾ ਹੈ ਇਸ ਕਰਕੇ ਸਭ ਤੋਂ ਪਹਿਲਾਂ ਇਹਦੇ ਬਾਰੇ ਜਿਹੜੀ ਜਾਣਕਾਰੀ ਹੋਣੀ ਜ਼ਰੂਰੀ ਹੈ ਫਿਰ ਤੁਹਾਨੂੰ ਜਿਹੜੇ ਦੂਸਰੇ ਟੌਪਿਕ ਨੇ ਆਟੋਮੈਟਿਕਲੀ ਹੀ ਕਲੀਅਰ ਹੋ ਜਾਣਗੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਇਹਦੀ ਡੈਫੀਨੇਸ਼ਨ ਤੋਂ ਪਹਿਲਾਂ मीनिंग ਸੁਪਰਵਾਈਜ਼ਨ ਦਾ ਅਰਥ ਹੁੰਦਾ ਹੈ ਕਿਸੇ ਵੀ ਵਸਤੂ ਨੂੰ ਧਿਆਨਪੂਰਵਕ ਦੇਖਣਾ ਮੀਨਸ ਕੇਅਰਫੁਲੀ ਅਬਜ਼ਰਵ ਕਰਨਾ ਇਹਦਾ ਜਿਹੜਾ ਅਸਲੀ ਮੰਤਬ ਹੁੰਦਾ ਏ ਉਦੇਸ਼ ਹੁੰਦਾ ਏ ਸੁਪਰਵਾਈਜ਼ਨ ਦਾ ਉਹ ਹੋਏ ਹੈ ਕਿ ਸੁਧਾਰ ਲੈ ਕੇ ਆਉਣਾ ਹੁਣ ਸੁਧਾਰ ਕਿੱਥੇ ਲੈ ਕੇ ਆਉਣਾ ਜਿੱਥੇ ਵੀ ਜਿਹੜੀ ਸੁਪਰਵਾਈਜ਼ਨ ਉਹ ਕੀਤੀ ਜਾ ਰਹੀ ਹੈ ਭਾਵੇਂ ਕਿਸੇ ਵੀ ਫੀਲਡ ਦੇ ਵਿੱਚ ਹੈ ਬਟ ਅਸੀਂ ਜਿਹੜਾ ਸਾਡਾ ਆਪਣਾ ਟੌਪਿਕ ਹੈ ਉਹ ਹੈ ਐਜੂਕੇਸ਼ਨ ਦੇ ਨਾਲ ریلیਟਡ ਹੁਣ ਸੁਪਰਵੀਜ਼ਨ ਦੇ ਕਾਰਨ ਹੀ ਸਿੱਖਿਆ ਦਾ ਜਿਹੜਾ ਪੂਰਾ ਸਟਰਕਚਰ ਹੈ ਉਹਨੂੰ ਇਫੈਕਟਿਵ ਬਣਾਇਆ ਜਾ ਸਕਦਾ ਹੈ ਤੇ ਇਹਦੇ ਨਾਲ ਹੀ ਜਿਹੜੇ ਐਜੂਕੇਸ਼ਨ ਦੇ ਵਿੱਚ ਪੂਰੇ ਸਿਸਟਮ ਦੇ ਵਿੱਚ ਕਮੀਆਂ ਨੇ ਉਹਨਾਂ ਨੂੰ ਦੂਰ ਕੀਤਾ ਜਾ ਸਕਦਾ ਹੈ ਸਕੂਲਾਂ ਦੇ ਵਿੱਚ ਜਿਹੜੇ ਸਕੂਲ ਦੇ ਮੁਖੀ ਨੇ ਉਹ ਸੂਪਰਵਾਈਜ਼ਰ ਦਾ ਕੰਮ ਕਰਦੇ ਨੇ ਨਿਗਰਾਨੀ ਦਾ ਕੰਮ ਕਰਦੇ ਨੇ ਉਹੀ ਅਧਿਆਪਕਾਂ ਨੂੰ ਜਿਹੜੇ ਸਹੀ ਗਾਈਡਲਾਈਨਸ ਨੇ ਉਹ ਪ੍ਰੋਵਾਈਡ ਕਰਦੇ ਨੇ ਤੇ ਜਿਹੜੀ ਨਿਗਰਾਨੀ ਹੈ ਨਰੀਖਣ ਦੇ ਮੁਕਾਬਲੇ ਇੱਕ ਬਹੁਤ ਹੀ ਜਿਹੜਾ ਪ੍ਰਭਾਵਸ਼ਾਲੀ ਲੋਕਤੰਤਰੀ ਧਾਰਨਾ ਹੈ ਮੀਨ ਡੈਮੋਕਰੇਟਿਕ ਕਨਸੈਪਟ ਹੈ ਇਹਦਾ ਭਾਵ ਹੈ ਦੇਖਣਾ ਜਾਂ ਚੰਗੀ ਤਰ੍ਹਾਂ ਦੇਖਣਾ ਇਹ ਇੱਕ ਅਜਿਹੀ ਸੇਵਾ ਹੈ ਜਿਸ ਰਾਹੀਂ ਮੁਖੀ ਅਧਿਆਪਕਾਂ ਕਰਮਚਾਰੀਆਂ ਆਦ ਨੂੰ ਆਪਣੇ ਆਪਣੇ ਕਿਰਿਆਵਾਂ ਵਿੱਚ ਸੁਧਾਰ ਲਿਆਉਣ ਵਿੱਚ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ਤੇ ਹੁਣ ਅਸੀਂ ਕਰਾਂਗੇ ਇਹਦੇ ਨਾਲ ਰਿਲੇਟਡ ਕੁਝ ਡੈਫੀਨੇਸ਼ਨ ਸਭ ਤੋਂ ਪਹਿਲਾ ਹੈ ਐਨ ਐਸ ਮੁਖਰਜੀ ਦੇ ਅਕੋਰਡਿੰਗ ਨਰੀਖਣ ਕੀ ਹੈ ਲੋਕਤੰਤਰ ਦੇ ਯੁੱਗ ਵਿੱਚ ਨਿਗਰਾਨੀ ਦਾ ਮਨੋਰਥ ਸਿੱਖਿਆ ਦਾ ਸੁਧਾਰ ਹੈ ਮੀਨਜ਼ ਸਿੱਖਿਆ ਦਾ ਦਾ ਪਰਪਸ ਆਫ ਇਨਸਪੈਕਸ਼ਨ ਇਜ਼ ਇਨ 에ਜ ਆਫ ਡੈਮੋਕ੍ਰੇਸੀ ਇਜ਼ ਇਨ ਇੰਪਰੂਵਮੈਂਟ ਆਫ ਇਨਸਟ੍ਰਕਸ਼ਨਸ ਕਿੰਬਲ ਵਾਈਲਡ ਦੇ ਅਕੋਰਡਿੰਗ ਨਿਗਰਾਨੀ ਇੱਕ ਸੇਵਾ ਕਾਰਜ ਹੈ ਜੋ ਅਧਿਆਪਕਾਂ ਨੂੰ ਚੰਗਾ ਕਾਰਜ ਮੀਨਸ ਕੰਮ ਕਰਨ ਵਿੱਚ ਸਹਾਇਤਾ ਪ੍ਰਦਾਨ ਕਰਦਾ ਹੈ ਸੁਪਰਵੀਜ਼ਨ ਇਜ਼ ਅ ਸਰਵਿਸ ਐਕਟੀਵਿਟੀ ਦੈਟ ਐਗਜ਼ਿਸਟਸ ਟੂ ਹੈਲਪ ਟੀਚਰਸ ਟੂ ਡੂ THEIR ਜੌਬਸ ਬੈਟਰ ਨੈਕਸਟ ਹੈ ਐਡਮਰਸ ਐਂਡ ਡਿੱਕੀ ਅਨੁਸਾਰ ਨਿਗਰਾਨੀ ਅਧਿਆਪਨ ਸੁਧਾਰ ਲਈ ਆਯੋਜਿਤ ਕਾਰਜਕ੍ਰਮ ਹੈ ਸੁਪਰਵੀਜ਼ਨ ਇਜ਼ ਅ ਪਲਾਨਡ ਪ੍ਰੋਗਰਾਮ ਫਾਰ ਦਾ ਇੰਪਰੂਵਮੈਂਟ ਆਫ ਇਨਸਟ੍ਰਕਸ਼ਨ ਨੈਕਸਟ ਜਿਹੜਾ ਭਾਰਤੀ ਸਿੱਖਿਆ ਕਮਿਸ਼ਨ ਹੈ ਉਹਦੇ ਅਕੋਰਡਿੰਗ ਨਿਗਰਾਨੀ ਨੂੰ ਸਿੱਖਿਆ ਦੇ ਸੁਧਾਰ ਦੀ ਰੀਡ ਦੀ ਹੱਡੀ ਵੀ ਕਿਹਾ ਜਾਂਦਾ ਹੈ ਸੁਪਰਵੀਜ਼ਨ ਇਜ਼ ਦਾ ਬੈਕਬੋਨ ਆਫ ਐਜੂਕੇਸ਼ਨਲ ਇੰਪਰੂਵਮੈਂਟ ਨੈਕਸਟ ਡੈਫੀਨੇਸ਼ਨ ਹੈ ਕੈਂਬਲ ਐਂਡ ਆਦਰਸ ਨਿਗਰਾਨਕ ਲੀਡਰ ਜਾਂ ਅਜਿਹਾ ਪ੍ਰਸ਼ਾਸਨਕਾਰ ਹੁੰਦਾ ਹੈ ਜਿਹੜਾ ਪਾਠਕ੍ਰਮ ਦੇ ਵਿਕਾਸ ਅਤੇ ਸੁਧਾਰ ਲਈ ਖਾਸ ਹੁਨਰ ਰੱਖਦਾ ਹੈ supervision is a leader or administrator with special skills in the area of curriculum development and improvement next definition william a pearard according aajkal nigrani nu ajahi prakriya mannya janda hai jisda mantav samuchchhi adhyapan sikhna sthiti di unnati karna hai supervision is now conceived a process which has for its purpose the general improvement of the total teaching learning situation next definition hai jan a bharathe de according vadiya nigrani hamesha adhyapak de vikas vich vidyarthiyan de vadde ate adhyapan prakriya di unnati naal sambandh rakdi hai good supervision is always concerned with the development of teacher the growth of pupils and improvement in the teaching learning process dear students main ummeed kardi haan ki thaanu ida jada meaning hai te jehdi definitions ne oh clear ho gaya hovega next video de vich assi karange characteristics of supervision thank you